ਲਿਆ ਬਈ ਆ ਜੇ ਮੋਦੀ ਸਾਹਿਬ ਦੀ ਜੇ ਵਿਕਟ ਪਟਾਂਗੇ ਤਾਂ ਜਾ ਕੇ ਗੱਲ ਬਣੂਗੀ, ਜੇ ਮੋਦੀ ਸਾਹਿਬ ਵਾਲੀ ਵਿਕਟ ਆਪਦੋਂ ਨਹੀਂ ਪੱਟੀ ਗਈ ਮੁਲਕ ਤੋਂ ਤਾਂ ਸਾਹਿਬ ਸਾਡੇ ਵਾਲੇ ਪੈਟਰੋਲ ਨੂੰ ਇਹਨਾਂ ਨੇ 100 ਰੁਪਏ ਤੋਂ ਮਾਰ ਕੇ ਤੇ ਪਵੇਲੀਅਨ ਚੋਂ ਬਾਹਰ ਮਾਰਨਗੇ। ਸੋ ਮੇਰੀ ਬੇਨਤੀ ਹੈ ਮੁਲਕ ਦੇ ਲੋਕਾਂ ਨੂੰ ਵੀ ਆਓ ਮਿਲ ਜੁਲ ਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵਾਲੀ ਆ ਜਿਹੜੀ ਵਿਕਟ ਹੈ ਪੱਟੀਏ। ਆਈ ਅਪੀਲ ਟੂ ਦਾ ਟੀਮ ਆਫ ਇੰਡੀਆ, ਟੀਮ ਇੰਡੀਆ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਵੀ ਤਕੜੇ ਹੋ ਕੇ ਆਓ ਲੱਗੀਏ, ਆ ਮੋਦੀ ਸਾਹਿਬ ਵਾਲੇ ਵਿਕਟ ਪੱਟੀਏ ਨਹੀਂ ਆਪਣੇ ਤੇ ਬੋਝ ਪੈਣਾ। ਆ ਜਿਹੜੀ ਸੈਂਚਰੀ ਹੈ ਸਾਡੀ ਟੀਮ ਨੂੰ ਬਹੁਤ ਮਹਿੰਗੀ ਪੈਣੀ ਹੈ ਟੀਮ ਇੰਡੀਆ ਨੂੰ। ਸੋ ਇਸ ਕਰਕੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਆ ਬੇਨਤੀ ਕੀਤੀ ਹੈ ਵੀ ਆ ਮੋਦੀ ਸਾਹਿਬ ਵਾਲੇ ਵਿਕਟ ਪੱਟੀਏ ਆਪਾਂ। ਲੋਕਤੰਤਰ ਹੈ, ਸੁਖਬੀਰ ਸਿੰਘ ਜੀ ਇਨਸਾਨ ਕਿਤੇ ਵੀ ਜਾ ਕੇ ਰੈਲੀ ਕਰ ਸਕਦੇ ਆ, ਉਹਨਾਂ ਨੇ ਅਬੋਹਰ ਚੁਣਿਆ, ਇਹ ਉਹਨਾਂ ਦੀ ਸੋਚ ਹੈ। ਕਿਉਂ ਗਏ, ਕਾਰਨ ਕਿਉਂ ਹੈ, ਅਬੋਹਰ ਕਿਉਂ ਗਏ? ਇਸ ਕਰਕੇ ਗਏ, ਸੁਨੀਲ ਜਾਖੜ ਨੇ ਉਹਨਾਂ ਨੂੰ ਕਈ ਬੜੇ ਔਖੇ ਜਿਹੇ ਸਵਾਲ ਪੁੱਛ ਲਏ, ਇਸ ਕਰਕੇ ਸੁਖਬੀਰ ਬਾਦਲ ਜੀ ਉੱਥੇ ਗਏ। ਪਰ ਜਿਸ ਤਰ੍ਹਾਂ ਕਹਿੰਦੇ ਸੀ ਨੇ ਬਾਗ ਮਿਲਖਾ ਬਾਗ, ਮੈਂ ਕਹਿੰਦਾ ਬਾਗ ਸੁਖਬੀਰ ਜੀ ਬਾਗ, ਜਵਾਬ ਤਾਂ ਦੇਣਾ ਪਊਗਾ। ਜਿਹੜੇ ਸਵਾਲ ਹੈ ਉਹ ਜਵਾਬ ਮੰਗਦੇ ਹੈ। ਅੱਜ ਅਬੋਹਰ ਜਾ ਕੇ ਕਰਕੇ ਆਏ ਹੈ ਰੈਲੀ ਵੀ, ਸੁਨੀਲ ਜਾਖੜ ਨੇ ਪੁੱਛ ਲਿਆ ਵੀ ਗੋਲੀ ਚਲਾਉਣ ਦੇ ਆਦੇਸ਼, ਮੇਰਾ ਸਵਾਲ ਉਸ ਦਿਨ ਤੋਂ ਹੀ ਆ ਹੈ ਜਿਸ ਦਿਨ 28 ਤਰੀਕ ਨੂੰ 28 ਅਗਸਤ ਨੂੰ ਵਿਧਾਨ ਸਭਾ 'ਚ ਡਿਬੇਟ ਹੋਈ ਹੈ। ਮੈਂ ਅਗਲੇ ਦਿਨ ਹੀ ਪ੍ਰੈਸ ਕਾਨਫਰੰਸ ਕਰਕੇ ਸਵਾਲ ਪੁੱਛੇ ਸੀ, ਮੈਂ ਦੇਖਿਆ, ਮੈਂ ਕਿਹਾ ਸਾਰੇ ਮਸਲੇ 'ਚ ਹੋਮ ਮਿਨਿਸਟਰ ਸਾਹਿਬ ਨਿਕਲ ਗਏ, ਡਿਪਟੀ ਚੀਫ ਮਿਨਿਸਟਰ ਸਾਹਿਬ ਨਿਕਲ ਗਏ, ਉਹ ਸ਼ਖਸ ਨਿਕਲ ਗਏ ਜਿਹੜੇ ਕਹਿੰਦੇ ਸੀ ਪੰਜਾਬ ਦੇ ਅੰਦਰ ਚਿੜੀ ਨਹੀਂ ਫੰਗ ਮਾਰ ਸਕਦੀ ਜਦੋਂ ਤਾਈਂ ਸੁਖਬੀਰ ਸਿੰਘ ਇਨਸਾਨ ਨੂੰ ਪਤਾ ਨਾ ਹੋਵੇ। ਇਸ ਕਰਕੇ ਮੇਰਾ ਸਵਾਲ ਸੀਗਾ ਵੀ ਉਹਨਾਂ ਨਿਹੱਥੇ ਸ਼ਾਂਤੀਪੂਰਵਕ ਜਾਪ ਕਰਦੇ ਪਾਠ ਕਰਦੇ ਸੰਗਤਾਂ ਦੇ ਉੱਤੇ ਬਹਿਬਲ ਕਲਾਂ ਦੇ ਅੰਦਰ 150 ਤੋਂ ਜ਼ਿਆਦਾ ਹੈ ਨਹੀਂ ਸੀਗੇ, ਉਹਨਾਂ 'ਤੇ ਗੋਲੀ ਚਲਾਉਣ ਦੇ ਆਰਡਰ ਕਿਹਨੇ ਦਿੱਤੇ? ਸੁਖਬੀਰ ਜੀ ਉਹਦਾ ਜਵਾਬ ਦੇ ਦਿਓ। ਉਹਦਾ ਜਵਾਬ ਦੇਣ ਵਾਸਤੇ ਉਹ ਅਬੋਹਰ ਚਲੇ ਗਏ। ਇਹਦੇ ਮੁਤਾਬਕ ਹੁਣ ਅਗਲਾ ਜਿਹੜਾ ਰੈਲੀ ਉਹਨਾਂ ਦੀ ਹੋਊਗੀ ਬ੍ਰਹਮਪੁਰਾ ਸਾਹਿਬ ਦੇ ਇੱਥੇ ਹੋਊਗੀ, ਹੁਣ ਖਡੂਰ ਸਾਹਿਬ ਹੋਊਗੀ, ਕਿਉਂਕਿ ਬ੍ਰਹਮਰੱਪ ਸਾਹਿਬ ਨੇ ਵੀ ਪਰਸੋਂ ਬਿਆਨ ਉੱਥੋਂ ਦਿੱਤਾ, ਵੈਨਕੂਵਰ ਸ਼ਾਇਦ ਜਾਂ ਕੈਨੇਡਾ ਬੈਠੇ, ਉੱਥੋਂ ਬਿਆਨ ਆਇਆ ਉਹਨਾਂ ਦਾ ਵੀ ਸੁਖਬੀਰ ਸਿੰਘ ਇਨਸਾਨ ਨੇ ਜਿਹੜਾ ਕੰਮ ਕੀਤਾ ਮਾੜਾ ਕੀਤਾ, ਮਾਫ਼ੀ ਮੰਗਣ ਅਤੇ ਦੱਸਣ ਵੀ ਗੋਲੀ ਚਲਾਉਣ ਦਾ ਆਦੇਸ਼ ਕਿਹਨੇ ਦਿੱਤਾ? ਇੱਕ ਰੈਲੀ ਸੁਖਬੀਰ ਸਿੰਘ ਜੀ ਇਨਸਾਨ ਨੂੰ ਜਾ ਕੇ ਸੰਗਰੂਰ ਕਰਨੀ ਪਊਗੀ, ਕਿਉਂਕਿ ਢੀਂਡਸਾ ਸਾਹਿਬ ਨੇ ਵੀ ਇਹ ਆਖਿਆ, ਢੀਂਡਸਾ ਸਾਹਿਬ ਇੱਕ ਕਦਮ ਹੋਰ ਅੱਗੇ ਗਏ ਹੈ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਢੀਂਡਸਾ ਸਾਹਿਬ ਨੂੰ ਵੀ ਢੀਂਡਸਾ ਸਾਹਿਬ ਤੁਸੀਂ ਸਾਰੇ ਸੀਨੀਅਰ ਆਗੂ ਬਾਦਲ ਸਾਹਿਬ ਅਤੇ ਇਹਨਾਂ ਦੇ ਉੱਤੇ ਬੜੀ ਭੀੜ ਪਈ ਹੈ, ਅਕਾਲੀ ਦਲ ਦੇ ਉੱਤੇ ਭੀੜ ਪਈ ਹੈ, ਪੰਥ ਦੇ ਉੱਤੇ ਭੀੜ ਪਈ ਹੈ, ਅਤੇ ਤੁਸੀਂ ਅੱਗੇ ਆ ਕੇ ਕੋਈ ਬਚਾਵ ਨਹੀਂ ਕਰਦੇ, ਅਤੇ ਢੀਂਡਸਾ ਸਾਹਿਬ ਦੀ ਜਿਹੜੀ ਸਟੇਟਮੈਂਟ ਹੈ ਕਹੋ ਤਾਂ ਮੈਂ, ਤੁਸੀਂ ਵੀ ਦੇਖ ਲਈ ਹੋਣੀ ਯੂਟਿਊਬ 'ਤੇ ਹੈ, ਢੀਂਡਸਾ ਸਾਹਿਬ ਕਹਿ ਰਿਹਾ ਭੀੜ ਪੰਥ 'ਤੇ ਨਹੀਂ ਪਈ, ਭੀੜ ਬਾਦਲਾਂ 'ਤੇ ਪਈ ਹੈ। ਉਹਨਾਂ ਨੇ ਪਾਪ ਕੀਤਾ, ਉਹ ਭੁਗਤਣ, ਉਹ ਜਾਣਨ। ਸਭ ਅਪਰਾਧ ਦੇ ਅੰਦਰ ਤਾਂ ਲੋਕ ਕਈ ਜਿਹੜੇ ਸਾਥੀ ਹੈ ਸਹਿਯੋਗੀ ਹੈ ਨਾਲ ਖੜ ਜਾਂਦੇ ਵੀ ਅਸੀਂ ਤੇਰੇ ਨਾਲ ਖੜੇ ਹਾਂ, ਕੋਈ ਗਲਤੀ ਕਰ ਗਿਆ, ਪਾਪ ਦੇ ਅੰਦਰ ਕੋਈ ਨਹੀਂ ਖੜਦਾ। ਭੀੜ ਪਈ ਹੈ ਸੁਖਬੀਰ ਸਿੰਘ ਇਨਸਾਂ ਕਹੂੰਗਾ, ਬਿਕੋਜ਼ ਕਿਉਂ ਕਹਿ ਰਿਹਾ ਮੈਂ ਸੁਖਬੀਰ ਸਿੰਘ ਇਨਸਾਂ ਇਸ ਕਰਕੇ ਕਹਿ ਰਿਹਾ ਜਿਹੜੇ ਲੋਕ ਡੇਰੇ 'ਚ ਜਾ ਕੇ ਮੁਖੀਆ ਕੋਲੋਂ ਲੈਂਦੇ ਸੀਗੇ, ਉਹਨਾਂ ਨੂੰ ਜੁਆਇਨ ਕਰਦੇ ਸੀ, ਉਹਨਾਂ ਨੂੰ ਡੇਰਾ ਮੁਖੀ ਨਾਮਦਾਨ ਦਿੰਦਾ ਸੀ, ਨਾਮ ਦਿੰਦਾ ਸੀ ਵੀ ਤੂੰ ਨਾਮ ਲੈ ਆ ਕੇ। ਸੁਖਬੀਰ ਸਿੰਘ ਜੀ ਇਨਸਾਨ ਇਕੱਲੇ ਨਾਮ ਨਹੀਂ ਲੈ ਕੇ ਆਏ, ਨਾਵਾਂ ਵੀ ਲੈ ਕੇ ਆਏ ਉੱਥੋਂ। ਠੀਕ ਹੈ ਸਾਹਿਬ, ਜਸਟਿਸ ਰੰਜ, ਮੈਂ ਮੰਨ ਲੈਣਾ ਸਾਹਿਬ, ਮੈਂ ਬਾਦਲ ਸਾਹਿਬ ਦੀ ਬੜੀ ਇੱਜ਼ਤ ਕਰਦਾ ਸਾਹਿਬ। ਦੇਖੋ ਬਾਦਲ ਸਾਹਿਬ ਦਾ ਕਿਉਂਕਿ ਵੱਡੇ ਚੋਹ ਸਾਹਿਬ ਦੇ ਹਾਣੀ ਰਹੇ ਹੈ, ਉਹਨਾਂ ਦੀ ਉਮਰ ਐਡੀ ਹੈ, ਸੀਨੀਅਰ ਹੈ, ਉਹਨਾਂ ਸੀਨੀਅਰਟੀ ਦੀ ਮੈਂ ਕਦਰ ਕਰਦਾ, ਮੈਂ ਮੰਨ ਲਈ ਬਾਦਲ ਸਾਹਿਬ ਦੀ ਗੱਲ। ਜਸਟਿਸ ਜੋਰਾ ਸਿੰਘ ਤਾਂ ਇੰਪਾਰਸ਼ਲ ਹੋਣੇ ਹੈ, ਉਹਨਾਂ ਦੀ ਡਿਗਰੀ ਨੂੰ ਤਾਂ ਸੁਖਬੀਰ ਸਿੰਘ ਇਨਸਾਨ ਨਹੀਂ ਚੈਲੰਜ ਕਰਦਾ। ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਕਿਹਾ ਜਿਹੜੀ ਸਿਮਿਲੈਰਿਟੀ ਹੈ
ਉਹ ਸਿਮਿਲੈਰਿਟੀ ਦੋਨਾਂ ਰਿਪੋਰਟਸ ਦੇ ਅੰਦਰ ਹੈ ਵੀ ਜਿਹੜੀ ਗੋਲੀ ਚੱਲੀ, ਗੋਲੀ ਲੱਗੀ ਬਹਿਬਲ ਕਲਾਂ ਕਾਂਡ ਵਾਲੀ, ਉਹ ਜਿਹੜੇ ਲੋਕਾਂ ਦੀ ਗੋਲੀ ਵੱਜੀ ਉਹ ਬੈਠੇ ਸੀਗੇ, ਅਤੇ ਗੋਲੀ ਫਰੋਮ ਕਲੋਜ਼ ਕੁਆਟਰਸ ਮਾਰੀ ਗਈ ਹੈ ਕਿਉਂਕਿ ਬਾਰੂਦ ਦੇ ਜਲਨ ਦੇ ਨਿਸ਼ਾਨ ਉਹ ਜ਼ਖਮਾਂ ਦੇ ਨਾਲ ਹੈ। ਉਹ ਮੈਂ ਸੁਖਬੀਰ ਸਿੰਘ ਇਨਸਾਨ ਨੂੰ ਪੁੱਛਣਾ ਚਾਹੁੰਦਾ ਵੀ ਕਿਹੜੀ ਬਹਿਬਲ ਕਲਾਂ ਕਾਂਡ 'ਚ 125 ਤੋਂ ਫਾਲਤੂ ਬੰਦਾ ਨਹੀਂ ਸੀ ਬੈਠਾ? ਟਾਈਮ ਬਾਉਂਡ ਤਰੀਕੇ ਨਾਲ ਕੰਮ ਹੋਊਗਾ ਸਾਹਿਬ, ਆਈ ਹੈਵ ਬਿਕੋਜ਼ ਮੈਂ ਕੱਲ੍ਹ ਰਾਤ ਦਾ ਇੱਥੇ ਆਇਆ, ਮੈਂ ਸਾਰੀ ਅਜੇ ਪੂਰੀ ਗੱਲਬਾਤ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਿਆਂ, ਜਦੋਂ ਕਮਿਸ਼ਨ ਬਣਾਇਆ ਸੀ ਉਦੋਂ ਵੀ ਇਸ ਕਿਸਮ ਦੀ ਚਰਚਾ ਚੱਲੀ ਸੀ ਵੀ ਕਮਿਸ਼ਨ ਬਣਾਤਾ ਅਤੇ ਇਹਨਾਂ 'ਤੇ ਕਾਰਵਾਈ ਤਾਂ ਹੋਣੀ ਨਹੀਂ ਨਿਕਲ ਜੂਗਾ, ਕਮਿਸ਼ਨ ਤਾਂ ਪਹਿਲਾਂ ਹੀ ਬਥੇਰੇ ਬਣਦੇ ਰਹੇ, ਕਮਿਸ਼ਨ ਦਾ ਜੋਰਾ ਸਿੰਘ ਕਮਿਸ਼ਨ ਵੀ ਬਣਿਆ, ਬਟ ਕਮਿਸ਼ਨ ਬਣਿਆ ਵੀ, ਕਮਿਸ਼ਨ ਨੇ ਇਨਕੁਆਇਰੀ ਵੀ ਕਰ ਲਈ, ਕਮਿਸ਼ਨ ਦੀ ਰਿਪੋਰਟ ਵੀ ਆ ਗਈ, ਵਿਧਾਨ ਸਭਾ 'ਚ ਪੇਸ਼ ਵੀ ਹੋ ਗਈ, ਜਿਹੜੇ ਕੌਮ ਦੇ ਪੰਥ ਦੇ ਪੰਜਾਬ ਦੇ ਗੱਦਾਰ ਸੀ ਉਹ ਬੇਨਕਾਬ ਵੀ ਹੋ ਗਏ, ਉਹਦੇ ਬਾਅਦ ਹੁਣ ਕਾਰਵਾਈ ਵੀ ਹੋਊਗੀ। ਮੇਰੀ ਇੰਨੀ ਹੈ, ਅੱਗੇ ਅੱਗੇ ਦੇਖੀ ਹੋਤਾ ਹੈ ਕਿਆ, ਬਚ ਕੇ ਕੋਈ ਨਹੀਂ ਜਾਂਦਾ ਸਾਹਿਬ। ਹਰੇਕ ਦੇਖੋ, ਹਰੇਕ ਪੰਜਾਬੀ ਦਾ ਨਹੀਂ, ਮੈਂ ਸਮਝਦਾ ਇਹਦੇ ਵਿੱਚ ਸਾਰਾ ਹਿੰਦੁਸਤਾਨ, ਜਿੱਥੇ ਵੀ ਕਿਤਾ ਕੋਈ ਹਿੰਦੁਸਤਾਨੀ ਆਫ ਇੰਡੀਅਨ ਓਰੀਜਨ ਜਿੱਥੇ ਵੀ ਬੈਠਾ, ਸਾਰਿਆਂ ਦੀ ਭਾਵਨਾ ਮੈਂ ਵੀ ਆ, ਛੇਤੀ ਤੋਂ ਛੇਤੀ ਆ ਜਿਹੜਾ ਸ਼ੁਭ ਸਮਾਚਾਰ ਆਵੇ, ਉਹਨਾਂ ਨੇ ਪਹਿਲ ਕੀਤੀ ਹੈ, ਚਿੱਠੀ ਲਿਖੀ ਹੈ। ਮੈਂ ਕਹਿੰਦਾ ਵੀ ਸਾਡੇ ਸਾਰੇ ਸਾਥੀ ਬੈਠੇ, ਅਸੀਂ ਸੀ ਐੱਮ ਸਾਹਿਬ ਨੂੰ ਰਿਕੁਐਸਟ ਕਰਾਂਗੇ, ਸਾਰੇ ਐੱਮ ਪੀ ਸਾਹਿਬਾਨ, ਐੱਮ ਐੱਲ ਏ, ਮੰਤਰੀ ਸਾਹਿਬਾਨ, ਅਸੀਂ ਸਾਰੇ ਵੀ ਸੀ ਐੱਮ ਸਾਹਿਬ ਨੂੰ ਰਿਕੁਐਸਟ ਕਰਾਂਗੇ, ਸਾਰਿਆਂ ਨੂੰ ਇਕੱਠੇ ਕਰਕੇ ਜੋੜ ਕੇ ਸਾਨੂੰ ਪ੍ਰਧਾਨ ਮੰਤਰੀ ਕੋਲ ਲੈ ਕੇ ਚੱਲੋ, ਅਸੀਂ ਜਾ ਕੇ ਝੋਲੀ ਅੱਡ ਕੇ ਉਹਨਾਂ ਤੋਂ ਮੰਗ ਲਾਂਗੇ ਵੀ ਜਿਹੜਾ ਅਗਰ ਚਿੱਠੀ ਲਿਖ ਸਕਦੇ ਹੋ। ਥੈਂਕ ਯੂ।